ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਇੱਕ ਵਾਰ ਫਿਰ ਤੋਂ ਕਾਮਯਾਬੀ ਦੇ ਝੰਡੇ ਗੱਠੇ ਨੇ। ਜੀ ਹਾਂ, ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੂੰ ਬੈਸਟ ਮਾਰਚਿੰਗ ਦਲ ਦਾ ਪੁਰਸਕਾਰ ਮਿਲਿਆ। 26 ਜਨਵਰੀ ਦੀ ਪਰੇਡ ਦੌਰਾਨ ਉਹਨਾਂ ਦੇ ਅਨੁਸ਼ਾਸਨ, ਸਟੀਕਤਾ ਅਤੇ ਮਾਰਸ਼ਲ ਪਰੰਪਰਾ ਨੂੰ ਦੇਖਦਿਆਂ ਹੋਇਆਂ ਅਤੇ ਪਰੇਡ ਦੌਰਾਨ ਕੀਤੇ ਸ਼ਾਨਦਾਰ ਪ੍ਰਦਰਸ਼ਨ ਲਈ ਉਹਨਾਂ ਨੂੰ ਬੈਸਟ ਮਾਰਚਿੰਗ ਦਲ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ। ਦਰਅਸਲ ਸਿੱਖ ਰੈਜੀਮੈਂਟ ਦੀ ਬੇਮਿਸਾਲ ਡਰਿੱਲ ਅਤੇ ਸ਼ਾਨਦਾਰ ਵਰਦੀਆਂ ਨੇ ਇੱਕ ਵਾਰ ਫਿਰ ਤੋਂ ਜੱਜਾਂ ਅਤੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਨਾਲ ਉਹਨਾਂ ਨੂੰ ਇਹ ਵੱਕਾਰੀ ਸਨਮਾਨ ਪ੍ਰਾਪਤ ਹੋਇਆ। ਉੱਧਰ ਇਹ ਅਵਾਰਡ ਮਿਲਣ ਤੋਂ ਬਾਅਦ ਸਿੱਖ ਰੈਜੀਮੈਂਟ ਦੇ ਜਵਾਨ ਇਸ ਪੁਰਸਕਾਰ ਨੂੰ ਸੈਲੀਬ੍ਰੇਟ ਕਰਦੇ ਨਜ਼ਰ ਆਏ। ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਨੱਚ ਗਾ ਕੇ ਇਸ ਜਿੱਤ ਨੂੰ ਸੈਲੀਬ੍ਰੇਟ ਕੀਤਾ। ਜਦਕਿ ਇਸ ਚੋਣ ਵਿੱਚ ਰਾਜਪੂਤਾਨਾ ਰਾਈਫਲ ਰੈਜੀਮੈਂਟ ਨੇ ਨੇੜੇ ਤੋਂ ਸਿੱਖ ਰੈਜੀਮੈਂਟ ਨੂੰ ਮੁਕਾਬਲਾ ਦਿੱਤਾ ਅਤੇ ਉਹਨਾਂ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਰਾਜਪੂਤਾਨਾ ਰਾਈਫਲ ਨੂੰ ਪੀਪਲਸ ਚੁਆਇਸ ਅਵਾਰਡ ਵਜੋਂ ਚੁਣਿਆ ਗਿਆ। ਭਾਰਤੀ ਫੌਜ ਇਤਿਹਾਸ ਵਿੱਚ ਆਪਣੀ ਬਹਾਦਰੀ ਅਤੇ ਇਤਿਹਾਸਿਕ ਮਹੱਤਤਾ ਲਈ ਜਾਣੀ ਜਾਂਦੀ ਰਾਜਪੂਤਾਨਾ ਰਾਈਫਲ ਨੇ ਬਰਾਬਰ ਪ੍ਰਭਾਵਸ਼ਾਲੀ ਮਾਰਚ ਦੇ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਉਹਨਾਂ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਜਦਕਿ ਸਿੱਖ ਰੈਜੀਮੈਂਟ ਵੱਲੋਂ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦਿਆਂ ਪਹਿਲੇ ਨੰਬਰ 'ਤੇ ਬਾਜੀ ਮਾਰੀ ਗਈ ਹੈ, ਜਿਸ ਤੋਂ ਬਾਅਦ ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਨੱਚ ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਦੱਸ ਦਈਏ ਕਿ ਹਰ ਸਾਲ 26 ਜਨਵਰੀ ਦੇ ਸਮਾਰੋਹ ਤੋਂ ਬਾਅਦ ਭਾਰਤ ਦੀਆਂ ਵੱਖੋ ਵੱਖ ਰੈਜੀਮੈਂਟਾਂ ਅਤੇ ਵਿਭਾਗਾਂ ਵਿੱਚੋਂ ਸਭ ਤੋਂ ਉੱਤਮ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਿਸ ਵਿੱਚ ਇਸ ਵਾਰੀ ਸਿੱਖ ਰੈਜੀਮੈਂਟ ਨੇ ਬਾਜੀ ਮਾਰੀ ਹੈ ਅਤੇ ਆਪਣੀ ਰੈਜੀਮੈਂਟਸ ਨੇ ਪੂਰੀ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਹੈ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।